ਕਰਦੇ ਹਾਂ ਹਿਚਹਾਈਕਿੰਗ ਟਰਾਈ, ਦੇਖਦੇ ਹਾਂ ਕੋਈ ਰੋਕਦਾ ਕਿ ਨਹੀਂ। ਫਸਟ ਹਿਚਹਾਈਕਿੰਗ ਐਵਰ ਕਰਨ ਲੱਗੇ ਹਾਂ, ਪਿਛਲੇ ਇੱਕ ਘੰਟੇ ਤੋਂ ਟਰਾਈ ਕਰ ਰਹੇ ਹਾਂ, ਕਿਸੇ ਨੇ ਲਿਫਟ ਹਾਲੇ ਤੱਕ ਦਿੱਤੀ ਨਹੀਂ ਆ। ਟਰਾਈ ਕਰਦੇ ਹਾਂ ਪਹਿਲੀ ਹਿਚਹਾਈਕਿੰਗ ਲਾਈਫ ਦੀ, ਥੋੜ੍ਹੀ ਜਿਹੀ ਡਾਵਾਂ ਡੋਲ ਹੁੰਦੀ ਹੋਈ, ਕਿਸੇ ਨੇ ਲਿਫਟ ਨਹੀਂ ਦਿੱਤੀ ਹਾਲੇ ਤੱਕ। ਵਾਟਸ ਯੂਰ ਨੇਮ? ਸਤਿ ਸ਼੍ਰੀ ਅਕਾਲ। ਤੁਸੀਂ ਤਾਂ ਪਿਛਲੀ ਵੀਡੀਓ ਖਤਮ ਕਰ ਚੁੱਕੇ ਹੋ, ਮੇਰੀ ਤਾਂ ਉੱਥੇ ਹੀ ਸ਼ੁਰੂ ਹੋ ਗਈ ਆ। ਆਹ ਫੁੱਟਬਾਲ ਸਟੇਡੀਅਮ ਆ, ਜਿੱਦਾਂ ਇਹਦੀ ਐਂਟਰੀ ਇੱਕੋ ਪਾਸੇ ਤੋਂ ਹੁੰਦੀ ਆ, ਸਾਰੇ ਗੇਟ ਇਕੱਠੇ ਹੀ ਆ, ਕਿਉਂਕਿ ਫੁੱਟਬਾਲ ਥੋੜ੍ਹਾ ਛੋਟਾ ਹੁੰਦਾ ਸਟੇਡੀਅਮ। ਮੈਂ ਸੋਚ ਰਿਹਾ ਸੀ ਯਾਰ ਕ੍ਰਿਕਟ ਸਟੇਡੀਅਮ ਦੀ ਚਾਰੇ ਪਾਸਿਓਂ ਦੂਰ ਦੂਰ ਗੇਟ ਹੁੰਦੇ ਆ, ਉਹ ਤਾਂ ਹੀ ਹੁੰਦੇ ਆ ਕਿਉਂਕਿ ਕ੍ਰਿਕਟ ਸਟੇਡੀਅਮ ਇੰਨਾ ਵੱਡਾ ਹੁੰਦਾ, ਇੱਕ ਜਗ੍ਹਾ ਤੋਂ ਸਾਰਿਆਂ ਨੂੰ ਵਾੜਤਾ ਤਾਂ ਉਹਦਾ ਵਿਚਾਰੇ ਘੁੰਮਦੇ ਘੁੰਮਦੇ ਹੀ ਮਰ ਜਾਣਗੇ। ਤਾਂ ਫਿਰ ਉਹਦੇ ਗੇਟ ਹੀ ਇੰਨੇ ਜ਼ਿਆਦਾ ਹੁੰਦੇ ਆ ਕਿ ਟੈਕਸੀ ਕੈਬ ਵਾਲੇ ਉਹਨਾਂ ਨੂੰ ਨੇੜੇ ਤੇੜੇ ਵਾਲੇ ਗੇਟ 'ਤੇ ਜਿਹੜਾ ਛੱਡ ਦਿੰਦੇ, ਜਿੱਥੋਂ ਤੱਕ ਆਉਂਦੀ ਹੁੰਦੀ ਆ ਜਾਂ ਤੁਹਾਡੀ ਗੱਡੀ ਗੁੱਡੀ ਉੱਥੋਂ ਤੱਕ ਆ ਸਕਦੀ ਆ। ਬਾਕੀ ਭੀੜ ਹੀ ਓਵਰ ਹੋਵੇ ਫਿਰ ਤਾਂ ਤੁਰਨਾ ਪੈ ਹੀ ਜਾਂਦਾ ਆ, ਹੈ ਨਾ। ਉਹ ਤਾਂ ਫਿਰ ਇੱਥੇ ਵੀ ਸਟੇਡੀਅਮ ਦੀ ਪਾਰਕਿੰਗ ਬਹੁਤ ਦੂਰ ਹੁੰਦੀ ਆ, ਸੋ ਤਾਂ ਕਰਕੇ ਇਹਦੇ ਗੇਟ ਇੱਕ ਸਾਈਡ ਹੀ ਹੁੰਦੇ। ਇੱਥੋਂ ਵੜੋ ਜਿੱਧਰ ਜਿੱਧਰ ਤੁਹਾਡੀਆਂ ਟਿਕਟਾਂ ਜਿਵੇਂ ਜਿਵੇਂ ਹੈਗੀਆਂ ਬੈਗ, ਇਹ ਜਿਵੇਂ ਉਹੀ ਹੁੰਦੇ ਆ ਇੱਧਰ ਵਾਲੀਆਂ, ਇੱਧਰ ਵਾਲੀਆਂ ਇੱਕ ਐਂ ਕੋਨੇ ਸਾਈਡਾਂ ਵਾਲੇ ਅਤੇ ਇੱਕ ਸਾਹਮਣੇ ਵਾਲੇ। ਇਹਦੀਆਂ ਸਾਈਡਾਂ ਵਾਲੀਆਂ ਜਿਹੜੀਆਂ ਹੁੰਦੀਆਂ ਉਹ ਜ਼ਿਆਦਾ ਮਹਿੰਗੀਆਂ ਟਿਕਟਸ ਹੁੰਦੀਆਂ, ਸਾਹਮਣੇ ਵਾਲੀਆਂ ਨਹੀਂ। ਕ੍ਰਿਕਟ 'ਚ ਜਿਹੜੀਆਂ ਸਾਹਮਣੇ ਵਾਲੀਆਂ ਜ਼ਿਆਦਾ ਮਹਿੰਗੀਆਂ ਹੁੰਦੀਆਂ, ਕਿਉਂਕਿ ਉੱਥੋਂ ਫਿਰ ਤੁਹਾਨੂੰ ਪ੍ਰੋਪਰ ਬੋਲਰ ਅਤੇ ਬੈਟਸਮੈਨ ਦੇਖਦਾ। ਇਹਦੇ 'ਚ ਸਾਈਡਾਂ ਤੋਂ ਦੋਨੋਂ ਟੀਮਾਂ ਦੇਖਦੀਆਂ, ਇੱਧਰ ਐਂ ਸਾਹਮਣੇ ਆ ਗਏ ਤਾਂ ਫਿਰ ਤੁਹਾਨੂੰ ਇੱਕ ਟੀਮ ਤਾਂ ਜਦੋਂ ਗੋਲ ਹੁੰਦਾ ਉਹ ਨੇੜੇ ਆਉਂਦੀ ਆ, ਬਾਕੀ ਫਿਰ ਦੂਰ ਦੂਰ ਹੀ ਦੇਖਦੇ ਆ ਦੂਜਾ ਪਾਸਾ। ਬਾਕੀ ਓਕੇ ਆ ਕੰਮ, ਇਹਦਾ ਟੋਇਲੈਟਸ ਆ ਅਤੇ ਮੈਂ ਜਾਣਾ। ਕਹਿਣ ਦਾ ਮਤਲਬ ਮੈਂ ਚੱਲਿਆ ਥੋੜ੍ਹੇ ਹੱਥ ਧੋ ਲਈਏ ਅਤੇ ਵਾਸ਼ਰੂਮ ਜਾ ਆਈਏ, ਫਿਰ ਉਸ ਤੋਂ ਬਾਅਦ ਹਿਚ ਹਾਈਕਿੰਗ ਕਰਦੇ ਹਾਂ। ਫਸਟ ਹਿਚ ਹਾਈਕਿੰਗ ਮੈਂ ਟਰਾਈ ਕਰ ਰਿਹਾ ਲਾਈਫ ਦੇ ਵਿੱਚ, ਪਹਿਲਾਂ ਮੈਂ ਨਹੀਂ ਕੀਤੀ ਕਦੇ ਹਿਚ ਹਾਈਕਿੰਗ ਟਰਾਈ। ਯਾਰ ਮੈਂ ਕੋਈ ਉੱਦਾਂ ਹਿਚ ਹਾਈਕਰ ਨਹੀਂ ਹੈਗਾ ਨਾ, ਜਿੱਦਾਂ ਹੁੰਦਾ ਕਿ ਤੁਸੀਂ ਇੱਕ ਵਾਰ ਨਿਕਲ ਗਏ ਅਤੇ ਬਹੁਤ ਸਾਰੀਆਂ ਕੋਈ ਤੁਸੀਂ ਘੁੰਮੀ ਜਾ ਰਹੇ ਹੋ, ਅੱਗੇ ਤੋਂ ਅੱਗੇ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਦ ਇੰਡੀਆ ਵਾਪਸ ਜਾਣਾ। ਆਪਣਾ ਤਾਂ ਇੱਕ ਪਲੈਨਡ ਟ੍ਰਿਪ ਹੁੰਦਾ, ਹਾਂ ਹਾਲਾਂਕਿ ਬਹੁਤ ਛੋਟਾ ਵੀ ਨਹੀਂ ਹੁੰਦਾ, ਸਮ ਟਾਈਮ ਛੋਟਾ ਵੀ ਹੁੰਦਾ। ਸੋ ਤਾਂ ਕਰਕੇ ਫਿਰ ਆ ਕਿ ਹਿਚ ਹਾਈਕਿੰਗ ਜਿਹੜੀ ਮੈਂ ਐਕਸਪੀਰੀਅੰਸ ਲਈ ਕਰਨੀ ਚਾਹੁੰਦਾ, ਅੱਜ ਕਰਦੇ ਹਾਂ ਟਰਾਈ, ਫਿਰ ਕੋਈ ਵੱਡੀ ਦੇਖਾਂਗੇ ਜਿੱਦਾਂ ਜਿੱਦਾਂ ਗੱਲ ਬਣਦੀ ਰਹੀ। ਹਾਲੇ ਮੈਂ ਤੁਰਦਾ ਜਾ ਰਿਹਾ, ਵਿੱਚ ਮੈਨੂੰ ਫੋਨ ਆ ਗਿਆ ਸੀ ਵਰਿੰਦਰ ਭਾਅ ਜੀ ਦਾ, ਗੱਲ ਕਰ ਰਿਹਾ ਸੀ ਆ ਪਿੱਛੇ ਸਟੇਡੀਅਮ ਹਲੇ, ਕਿਉਂਕਿ ਨਾ ਇੱਥੇ ਤਾਂ ਹਲੇ ਦੇਖੋ ਸੋਸਾਇਟੀਆਂ ਸੁਸਾਇਟੀਆਂ ਹੈਗੀਆਂ ਕਾਫੀ, ਇੱਥੇ ਬੱਸ ਸਟੋਪ ਵੀ ਹੈਗੇ ਆ ਅਤੇ ਉਹਦੇ ਕਰਕੇ ਕਈ ਵਾਰ ਲਿਫਟ ਥੋੜ੍ਹਾ ਜਿਹਾ ਚੱਕਰ ਪੈ ਜਾਂਦਾ ਹੁੰਦਾ, ਬਾਕੀ ਤਾਂ ਵੈਸੇ ਮਿਲ ਜਾਂਦੀ, ਕੋਈ ਐਡਾ ਚੱਕਰ ਨਹੀਂ ਹੈ। ਨਾਲੇ ਮੈਂ ਨਵਨ ਕੁਰ ਭਾਈ ਤੋਂ ਸਿੱਖਿਆ ਕਿ ਹਿਚਹਾਈਕਿੰਗ ਜਦੋਂ ਕਰਦੇ ਆ ਇੰਨੀ ਜ਼ਿਆਦਾ ਉਹ ਕਰਦੇ ਨਹੀਂ ਆ, ਨੋਮੈਡਿਕ ਵਾਈਜ਼ ਤਾਂ ਬਹੁਤ ਕਰਦੇ ਆ, ਅਤੇ ਵੀ ਚੱਲਦੇ ਰਹੋ, ਚੱਲਦੇ ਰਹਿਣਾ ਚਾਹੀਦਾ, ਇਹ ਨਹੀਂ ਕਿ ਤੁਸੀਂ ਇੱਕ ਥਾਂ 'ਤੇ ਖੜ੍ਹ ਜਾਓ, ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਅੱਗੇ ਨੂੰ ਥੋੜ੍ਹਾ ਚੱਲਦੇ ਰਹੋ, ਤੁਹਾਡੀ ਡੈਸਟੀਨੇਸ਼ਨ ਵੱਲ ਵੱਧਦੇ ਰਹੋ। ਹੈ ਤਾਂ 50 ਕਿਲੋਮੀਟਰ ਮੈਂ ਜਾਣਾ, 1-2 ਕਿਲੋਮੀਟਰ ਮੈਂ ਕਵਰ ਕਰ ਜੂੰਗਾ, ਇੱਦਾਂ ਹੀ ਲੰਘ ਜੂੰਗਾ ਥੋੜ੍ਹਾ ਜਿਹਾ, ਅਤੇ ਥੋੜ੍ਹਾ ਜਿਹਾ ਕਿਉਂਕਿ ਇੱਥੇ ਨਾ ਟੈਕਸੀ ਵਾਲੇ ਥੋੜ੍ਹੇ ਜ਼ਿਆਦਾ, ਟੈਕਸੀ ਵਾਲੇ ਨੇ ਰੋਕੀ ਜਾਣਾ ਯਾਰ ਬਿਨਾਂ ਗੱਲ ਤੋਂ, ਟੈਕਸੀ ਵਾਲੇ ਤੋਂ ਗੱਲ ਨਹੀਂ ਬਣਨੀ ਨਾ, ਉਹ ਤਾਂ ਫਿਰ ਹਿਚਹਾਈਕਿੰਗ ਨਾ ਹੋਈ। ਠੀਕ ਆ, ਹਾਂ ਟੈਕਸੀ 'ਤੇ ਵੀ ਹਿਚਹਾਈਕਿੰਗ ਹੋ ਜਾਂਦੀ ਯਾਰ, ਕਈ ਟੈਕਸੀ ਵਾਲੇ ਜਿਹਨੇ ਜਾਣਾ ਹੀ ਹੁੰਦਾ ਉੱਧਰ ਨੂੰ ਚੱਲਿਆ ਹੀ ਆ, ਸਮਟਾਈਮ ਟੈਕਸੀ ਵਾਲੇ ਕਹਿ ਦਿੰਦੇ ਆ ਕਿ ਹਾਂ ਯਾਰ ਆ ਜਾ ਬਹਿ ਜਾ, ਬੰਦੇ ਘੈਂਟ ਹੁੰਦੇ ਆ, ਜਿੱਦਾਂ ਤੁਸੀਂ ਦੇਖਿਆ ਪਿਛਲੀ ਵੀਡੀਓ 'ਚ ਅੰਕਲ ਹਰੀ ਬਹੁਤ ਘੈਂਟ ਬੰਦੇ ਸੀ ਉਹ ਟੈਕਸੀ ਚਲਾਉਂਦੇ, ਅਤੇ ਕਈ ਵਾਰ ਉਹ ਕਹਿ ਦਿੰਦੇ ਆ ਕਿ ਹਾਂ ਯਾਰ ਮੈਂ ਜਾਣਾ ਹੀ, ਆ ਜਾ ਚੱਲ ਚੱਲੀਏ। ਸੋ ਇਹ ਚੀਜ਼ ਵੀ ਹੁੰਦੀ ਆ, ਕਰਦੇ ਹਾਂ ਹਿਚ ਹਾਈਕਿੰਗ ਟਰਾਈ, ਦੇਖਦੇ ਹਾਂ ਕੋਈ ਰੋਕਦਾ ਕਿ ਨਹੀਂ। ਫਸਟ ਹਿਚ ਹਾਈਕਿੰਗ ਐਵਰ ਕਰਨ ਲੱਗੇ ਹਾਂ, ਬਟ ਮੈਨੂੰ ਆਈਡੀਆ ਨਹੀਂ ਕਿ ਕੋਈ ਰੋਕੂਗਾ ਕਿ ਨਹੀਂ ਰੋਕੂਗਾ, ਕਿਉਂਕਿ ਦੋ ਵੇ ਆ ਇੱਥੋਂ, ਇੱਕ ਪਰਾਂ ਦੀ ਲੰਘ ਜਾਂਦਾ ਅਤੇ ਇੱਕ ਆ ਜਾਂਦਾ ਸਿੱਧਾ, ਮਤਲਬ ਇੱਕ ਘੁੰਮ ਕੇ ਇੱਦਾਂ ਮਿਲੂਗਾ ਅਤੇ ਉਹ ਸਿੱਧਾ ਜਾ ਰਿਹਾ। ਸੋ ਦੇਖਦੇ ਹਾਂ, ਜੇ ਕੋਈ ਰੋਕ ਲੂਗਾ ਤਾਂ ਚੰਗੀ ਗੱਲ ਆ, ਜੇ ਨਹੀਂ ਵੀ ਰੋਕੂਗਾ ਤਾਂ ਫਿਰ ਬੱਸ ਦੀ ਆਪਸ਼ਨ ਤਾਂ ਹੈਗੀ ਆਪਣੇ ਕੋਲ। ਸੋਚੀ ਸੋਚੀ ਸਿਤੀ ਸੋਚੀ ਸਿਤੀ ਵੇ ਸੋਚਣਾ ਤਾਂ ਪਾਇਆ, ਹਾਂ ਸੋਚੀ ਥੈਂਕ ਯੂ। ਸੋ ਇੱਕ ਬੰਦੇ ਨੇ ਰੋਕੀ ਸੀ ਯਾਰ, ਪਰ ਗੱਲ ਬਣੀ ਨਹੀਂ, ਸ਼ਾਇਦ ਰੋਕਦਾ। ਸੋਚੀ ਆ ਪਤਾ ਨਹੀਂ ਯਾਰ ਜਾਣਾ ਕਹਿੰਦਾ, ਰੋਕੀ ਗੱਲ ਬਣੀ ਨਹੀਂ, ਉਹ ਕਹਿੰਦਾ ਮੈਂ ਕਿਤੇ ਹੋਰ ਜਾਣਾ ਕਹਿੰਦਾ। ਪਿਛਲੇ ਇੱਕ ਘੰਟੇ ਤੋਂ ਟਰਾਈ ਕਰ ਰਿਹਾ, ਕਿਸੇ ਨੇ ਲਿਫਟ ਹਾਲੇ ਤੱਕ ਦਿੱਤੀ ਨਹੀਂ ਆ, ਟਰਾਈ ਕਰਦੇ ਹਾਂ ਸ਼ਾਇਦ ਮਿਲ ਜਾਵੇ, ਤਾਂ ਦੇਖਦੇ ਹਾਂ ਕੋਈ ਰੋਕ ਨਹੀਂ ਰਿਹਾ ਫਿਲਹਾਲ ਤਾਂ। ਇੱਕ ਘੰਟੇ ਤੋਂ ਇੱਕ ਦੋ ਜਣਿਆਂ ਨੇ ਰੋਕੀ ਪਰ ਗੱਲ ਨਹੀਂ ਬਣੀ, ਉਹਨਾਂ ਨੇ ਇੱਧਰ ਉੱਧਰ ਜਾਣਾ, ਟਰੱਕ ਵਾਲੇ ਇਸ਼ਾਰੇ ਕਰਦੇ ਜਾ ਰਹੇ ਕਿ ਇੱਧਰ ਜਾਣਾ, ਖੜ੍ਹਦਾ ਬੱਸ ਸਟੋਪ ਦੇ ਨੇੜੇ ਹੀ ਆ, ਰੁੱਕ ਤਾਂ ਲੈਣੀ ਚਾਹੀਦੀ ਆ, ਜਗ੍ਹਾ ਤਾਂ ਹੈਗੀ ਇੱਥੇ।
ਸੋ ਪਹਿਲੀ ਹੀ ਚਾਈਕਿੰਗ ਲਾਈਫ ਦੀ ਥੋੜ੍ਹੀ ਜਿਹੀ ਡਾਵਾਂ ਡੋਲ ਹੁੰਦੀ ਹੋਈ, ਕਿਸੇ ਨੇ ਲਿਫਟ ਨਹੀਂ ਦਿੱਤੀ ਹਾਲੇ ਤੱਕ, ਕਿਉਂਕਿ ਯਾਰ ਨਾ 50 ਕਿਲੋਮੀਟਰ ਇੱਥੋਂ ਹੈਗਾ, ਬਟ ਨਾ ਕਰੋਨਾ ਕਰਕੇ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਫਰਕ ਹੈਗਾ, ਲੋਕ ਥੋੜ੍ਹਾ ਜਿਹਾ ਘੱਟ ਲਿਫਟ ਦੇਣਾ ਚਾਹੁੰਦੇ ਆ। ਅਤੇ ਬਾਕੀ ਜਿਹੜੇ 2-3 ਰੁਕੇ ਆ ਉਹ ਕਹਿੰਦੇ ਸੀ ਇੱਧਰ ਜਾਣਾ, ਮਤਲਬ ਮੇਰੀ ਸਾਈਡ ਜਾਣ ਵਾਲਾ ਕੋਈ ਨਹੀਂ ਹੈਗਾ, ਚੱਕਰ ਇਹ ਆ। ਸੋ ਵੈਸੇ ਤਾਂ ਹੁਣ ਦੇਖਦੇ ਹਾਂ ਬੱਸ ਫੜਾਂਗੇ ਯਾਰ, ਕਿਉਂਕਿ ਟਾਈਮ ਕਾਫੀ ਹੋ ਗਿਆ, ਪਿਛਲੇ 2-2.5 ਘੰਟੇ ਤੋਂ ਮੈਂ ਇੱਥੇ ਹੀ ਖੜ੍ਹਾ ਹੋਇਆ, ਅਤੇ ਹਨੇਰਾ ਹੋਣ ਵਾਲਾ ਹੁਣ ਤੁਹਾਨੂੰ ਲੱਗ ਰਿਹਾ ਹੋਊਗਾ, ਥੋੜ੍ਹਾ ਥੋੜ੍ਹਾ ਫੇਸ ਵੀ ਘੱਟ ਦੇਖ ਰਿਹਾ, ਅਤੇ ਸੂਰਜ ਤਾਂ ਜਿਹੜਾ ਬਿਲਕੁਲ ਛਿਪ ਗਿਆ, ਅਤੇ ਲਿਫਟ ਜਿਹੜੀ ਮਿਲੀ ਹੈ, 2-4 ਮਿੰਟ ਹੋਰ ਟਰਾਈ ਕਰੂੰਗਾ, ਜਦ ਤੱਕ ਬੱਸ ਆ ਗਈ ਤਾਂ ਬੱਸ 'ਤੇ ਜਾਊਂਗਾ। ਨਹੀਂ ਬਾਈ ਨਹੀਂ, ਕੋਈ ਨਹੀਂ ਰੋਕ ਰਿਹਾ, ਟਰਾਈ ਤਾਂ ਉਹ ਕਰ ਰਿਹਾ ਜੀ, ਕੋਈ ਤਾਂ ਰੋਕੇ ਪਰ ਕੋਈ ਨਹੀਂ ਰੋਕ ਰਿਹਾ। ਇਹ ਹੁਣ ਇਹ ਕੰਟੈਂਟ ਬਣ ਗਿਆ ਫੇਲਡ ਹਿਚ ਹਾਈਕਿੰਗ, ਮਾਈ ਫਸਟ ਹਿਚ ਹਾਈਕਿੰਗ ਫੇਲਡ ਇਨ ਯੂਕੇ। ਕੀ ਕਰੀਏ ਯਾਰ, ਕਿਸੇ ਤੋਂ ਮਿਲਟ ਨਹੀਂ ਦਿੱਤੀ, ਬੜੀ ਮੰਗੀ ਗਈ, ਸ਼ਾਇਦ ਕੋਈ ਦੇ ਦੇਵੇ, ਕੈਮਰਾ ਦੇਖ ਕੇ ਦੇ ਦਿਓ ਯਾਰ, ਵਲੌਗ 'ਚ ਆ ਜਾਓਗੇ, ਕੋਈ ਤਾਂ ਮੰਨ ਜਾਓ ਨਹੀਂ, ਮੈਂ ਤਾਂ ਹੋਰ ਨਹੀਂ ਬੱਸਾਂ 'ਚ ਬਹਿ ਹੁੰਦਾ, ਪਰ ਕੋਈ ਨਹੀਂ ਮੰਨ ਰਿਹਾ, ਆਓ ਕੋਈ ਵੀ ਨਹੀਂ ਮੰਨ ਰਿਹਾ। ਖੈਰ ਹੁਣ ਕੋਈ ਆਪਸ਼ਨ ਨਹੀਂ ਬਚੀ ਆ, ਸੋ ਬਸ ਹੀ ਹੈ ਇੱਕ ਲਾਸਟ ਆਪਸ਼ਨ ਯਾਰ, ਇਹਨਾਂ ਨੇ ਇੱਧਰ ਹੀ ਜਾਣਾ ਹੁੰਦਾ, ਜਿਹੜੇ ਹੌਲੀ ਜਿਹੇ ਹੋ ਜਾਂਦੇ ਨਾ ਇੱਥੋਂ, ਆਹ ਇੱਕ ਗੱਡੀ ਹੋਰ ਆ ਗਈ, ਉਹਨੂੰ ਹੱਥ ਮਾਰ ਲੈਂਦੇ ਹਾਂ। ਸੋਚੀ ਨਹੀਂ, ਨਹੀਂ ਗੱਲ ਬਣ ਰਹੀ, ਕੋਈ ਨਹੀਂ ਰੋਕ ਰਿਹਾ, ਕੋਈ ਨਹੀਂ ਰੋਕ ਰਿਹਾ ਯਾਰ, ਟੈਕਸੀਆਂ ਬਹੁਤ ਆ ਨਾ ਇੱਥੇ ਏਅਰਪੋਰਟ 'ਤੇ, ਆ ਇੱਕ ਐਡਵੈਂਚਰ ਪਾਰਕ ਆ ਇਹਦੇ ਪਿੱਛੇ, ਮਤਲਬ ਇੱਥੇ 2-3 ਕਿਲੋਮੀਟਰ, ਉਹਦੇ ਕਰਕੇ ਟੈਕਸੀਆਂ ਬਹੁਤ ਜ਼ਿਆਦਾ ਆ ਰਹੀਆਂ। ਸੋ ਹੁਣ ਕੋਈ ਆਪਸ਼ਨ ਨਹੀਂ ਬੱਚੇ, ਸੋ ਬਹਿੰਦੇ ਹਾਂ, ਥੱਕ ਗਏ ਹਾਂ, ਬੱਸ ਸਟੋਪ 'ਤੇ ਹੀ ਬਹਿਣਾ ਬੈਟਰ ਰਹੂਗਾ। ਸੋ ਅਸੀਂ ਟਰਾਈ ਕਰਦੇ ਹਾਂ ਲਾਸਟ ਆਪਸ਼ਨ, ਮੈਂ ਤਾਂ ਵੈਸੇ ਮੈਂ ਕਿਹਾ ਚੱਲ ਕੈਮਰੇ 'ਚ ਵੀ ਤੁਹਾਡੇ ਸਾਹਮਣੇ ਕਰ ਲਵਾਂ, ਕਿ ਕੋਈ ਇਹ ਨਾ ਸਮਝੇ ਕਿ ਨਹੀਂ ਯਾਰ ਇੱਦਾਂ ਨਹੀਂ, ਆ ਤੁਹਾਡੇ ਸਾਹਮਣੇ ਆ, ਮੈਂ ਤੁਹਾਨੂੰ ਉਦੋਂ 5-6:40 ਕਿਹਾ, 6 ਵਜੇ ਆ ਗਿਆ ਸੀਗਾ, 2 ਘੰਟੇ ਤੱਕ 7:44 ਹੋ ਗਏ ਆ, ਮਤਲਬ ਉੱਥੋਂ ਨਿਕਲੇ ਨੂੰ ਹੋ ਗਏ, ਅਤੇ ਲਿਫਟ ਮੰਗਦੇ ਨੂੰ ਤਾਂ ਮੈਨੂੰ ਹੋ ਗਏ ਆਰਾਮ ਨਾਲ 1:50, ਉੱਥੋਂ ਨਿਕਲੇ ਨੂੰ 2 ਘੰਟੇ ਤੋਂ ਉੱਤੇ ਹੋ ਗਿਆ, 2:05। ਸੋ ਲਿਫਟ ਤਾਂ ਮਤਲਬ ਲਿਫਟ ਹੀ ਕਹਿ ਲਓ, ਇਹ ਚੈਕਿੰਗ ਕਹਿ ਲਓ, ਮੈਂ ਇੱਥੇ ਖੜ੍ਹਾ ਹੋਇਆ ਸੀਗਾ, ਇਹਨਾਂ ਨੇ ਟੈਕਸੀ ਮੰਗਾਈ ਪਿੱਛੇ ਸੀਗੇ ਮੇਰੇ ਨਾਲ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਹਾਫ ਤੱਕ ਜਾਣਾ, ਕਿਤੇ ਇੱਧਰ ਤੱਕ ਜਾਣਾ, ਅਤੇ ਉਹ ਕਹਿੰਦੇ ਤੁਸੀਂ ਸਾਡੇ ਨਾਲ ਜਿਹੜਾ ਜਾ ਸਕਦੇ ਹੋ। ਓ ਥੈਂਕ ਯੂ ਬ੍ਰੋ, ਸਤਿ ਸ਼੍ਰੀ ਅਕਾਲ। ਨੀ ਪਾਨੀ ਮਾਈਸ ਚੁਚੁਰਸਕੀ ਹੈ ਨਾ, ਸੋ ਠੀਕ ਆ, ਮਤਲਬ ਜ਼ਿਆਦਾ ਸਮਝ ਆਉਣੀ ਨਹੀਂ ਆ, ਉਹ ਵੈਸੇ ਵੀ ਟੈਕਸੀ ਆ, ਸੋ ਬਟ ਠੀਕ ਆ ਯਾਰ, ਇਹਨਾਂ ਨੇ ਮੈਨੂੰ ਦੇ ਦਿੱਤੀ ਲਿਫਟ, ਚਲੋ ਵਧੀਆ, ਕੁਛ ਤਾਂ ਪਹੁੰਚਾਂਗੇ, ਬਾਕੀ ਅੱਗੇ ਫਿਰ ਦੇਖਦੇ ਹਾਂ ਕੀ ਬਣਦਾ, ਅੱਗੇ ਦਾ ਦਿਖਾਉਂਦਾ ਤੁਹਾਨੂੰ। ਅਰੇ ਇਹ ਮੈਨੂੰ ਹੁਣੇ ਪਤਾ ਲੱਗਿਆ, ਇਹਨਾਂ ਨੇ ਦੱਸਿਆ ਆਪ ਟੂਰਿਸਟ ਆ, ਮੋਸਕੋ ਤੋਂ ਆਏ ਹੋਏ ਆ, ਵਾਟਸ ਯੂਅਰ ਨੇਮ? ਵਿਕਟੋਰੀਆ। ਕਿੱਧਰ ਇਹ? ਅੰਤਨ। ਅੰਤਨ। ਮਾਈ ਨੇਮ ਨਵਦੀਪ ਸਿੰਘ। ਡੂ ਯੂ ਹੈਵ ਇੰਸਟਾਗ੍ਰਾਮ? ਯੈਸ। ਇਟਸ ਇੰਗਲਿਸ਼, ਵੇਅਰ ਇਜ਼ ਇੰਗਲਿਸ਼ ਆਫੀਸ਼ੀਅਲ ਨਵਦੀਪ ਸਨ। ਥੈਂਕ ਯੂ। ਯਾ। ਸੋ ਯਾਰ ਵਧੀਆ ਲੱਗਿਆ, ਮੈਨੂੰ ਪਤਾ ਨਹੀਂ ਸੀ, ਮੈਨੂੰ ਲੱਗਿਆ ਕਿਤੇ ਸਟੱਡੀ ਕਰਦੇ ਆ ਜਾਂ ਕਿੱਦਾਂ, ਕਿਉਂਕਿ ਕਾਫੀ ਟੂਰਿਸਟ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੋਸਕੋ ਪੀਟਰਸਬਰਗ ਵਗੈਰਾ ਤੋਂ ਆਉਂਦੇ ਆ, ਸੋ ਇਹ ਵੀ ਉੱਥੋਂ ਹੀ ਆਏ ਆ, ਅਤੇ ਆਪਾਂ ਨੂੰ ਮਤਲਬ ਹਿਚ ਹਾਈਕਿੰਗ, ਇੱਕ ਅਲੱਗ ਤਰ੍ਹਾਂ ਦੀ ਹਿਚ ਹਾਈਕਿੰਗ ਹੋ ਗਈ ਯਾਰ, ਇਹਨੂੰ ਹਿਚ ਹਾਈਕਿੰਗ ਕਹਾਂ ਕੀ ਕਹਾਂ, ਹਿਚ ਹਾਈਕਿੰਗ ਯਾਰ, ਅਗਲਿਆਂ ਨੇ ਹਾਇਰ ਕੀਤੀ ਹੈ ਗੱਡੀ, ਹਾਇਰ ਕੀਤੀ ਤਾਂ ਉਹਨਾਂ ਦੀ ਹੈ ਨਾ, ਸੋ ਵਧੀਆ ਹਿਚ ਹਾਈਕਿੰਗ ਹੋ ਗਈ। ਸਪਸ਼ਟ ਸੀ ਬਾਗੀਨ। ਸੋ ਯਾਰ ਇਹ ਟੈਕਸੀ ਵਾਲੇ ਭਾਅ ਜੀ ਆ, ਉਹ ਮੁੰਡਾ ਕੁੜੀ ਤਾਂ ਉੱਤਰ ਗਏ, ਅਤੇ ਇਹਨਾਂ ਨੇ ਮੈਨੂੰ ਕਿਹਾ, ਕਹਿੰਦੇ ਮੈਂ ਜਾਣਾ, ਸੋਚੀ ਹੀ ਜਾਣਾ, ਕਹਿੰਦੇ ਮੇਰਾ ਘਰ ਉੱਥੇ ਹੀ ਆ, ਅਤੇ ਕਹਿੰਦੇ ਮੈਂ ਤੈਨੂੰ ਛੱਡ ਦੂੰਗਾ ਯਾਰ, ਕਮਾਲ ਦਾ ਬੰਦਾ, ਔਰ ਇੱਥੇ ਰੈਸਟੋਰੈਂਟ 'ਤੇ ਰੁਕ ਗਏ ਆ, ਤਾਂ ਬੰਦਾ ਇੰਨਾ ਗੁੱਡਾ ਮੈਨੂੰ ਇੱਥੇ ਲਿਆ ਰੈਸਟੋਰੈਂਟ, ਕਹਿੰਦਾ ਚੱਲ, ਕਹਿੰਦਾ ਮੈਂ ਤੈਨੂੰ ਵੇਗਨ ਵੀ ਦਵਾਉਂਦਾ, ਕਹਿੰਦਾ ਸੈਲਡ ਕੁਛ ਵੀ ਖਾ, ਬੰਦਾ ਰੈਸਟੋਰੈਂਟ ਲਿਆ ਯਾਰ ਖਾਣ ਲਈ। ਠੀਕ ਆ ਯਾਰ, ਥੈਂਕ ਯੂ, ਬਾਕੀ ਦੇਖਦੇ ਹਾਂ, ਬੈਟਰੀ ਲੋ ਆ। Винегрет, есть свекла, есть вот...
Дима, бро. Спасибо. Кушай, брат, кушай, кушай, потом будешь снимать. Кушай, давай. Давай, будь здоров. ਉਹ ਬੰਦਾ ਗ੍ਰੇਟ ਆ ਯਾਰ ਅਤੇ ਮੈਂ ਵੈਜੀਟੇਰੀਅਨ ਲਿਆ ਅਤੇ ਉਹਨੇ ਵੀ ਨਾਲ ਮੇਰੇ ਨਾਲ ਵੈਜੀਟੇਰੀਅਨ ਹੀ ਲਿਆ ਕਹਿੰਦਾ ਯਾਰ ਬੰਦੇ ਬਾਕੀ ਹੁਣ ਖਾਂਦੇ ਹਾਂ ਅਤੇ ਫਿਰ ਤੁਹਾਨੂੰ ਕਰਦੇ ਹਾਂ ਗੱਲ ਬੈਟਰੀ ਕਾਫੀ ਲੂ ਆ ਦੀਮਾ ਬ੍ਰੋ ਸਪਾਸਿਵਾ ਇਟਸ ਚੁਚੂ ਰੁਸਕੀ ਆਈ ਨੋ ਬਰਾ ਬੁਈ ਡਬਰੂ ਸਕਾਜੀ ਬੁਈ ਡਬਰੂ ਦਾ ਬੁਈ ਡਬਰੂ ਯਾ ਸਪਾਸਿਵਾ ਬ੍ਰੋ Береги себя, всего хорошего тебе. Да, хороший. Добрый. Yes, это. So, бог кэнд сига, яр. Бай не мне это шарда, ты бас мера это сити хостел, ты чал дея. Аан кэнде, каде аас не чарини чай ди жинди ги вече. Мэ, аас мену лагя ки, яр, ки не мил сакди лифт я кош еда. Мэ бэ гя, ты утхе капал не, дэхо. ਟੈਕਸੀ ਬੁੱਕ ਕੀਤੀ ਅਤੇ ਅੱਗੋਂ ਬਾਅਦ 'ਚ ਉਹਨਾਂ ਨੇ ਮੈਨੂੰ ਬਾਈ ਟੱਕਰ ਗਿਆ ਬਾਈ ਨੇ ਰੋਟੀ ਵੀ ਖਵਾਈ ਯਾਰ ਸਾਰਾ ਕੁਛ ਅਤੇ ਉਸ ਤੋਂ ਬਾਅਦ ਹੁਣ ਮੈਨੂੰ ਛੱਡਿਆ ਇੱਥੇ ਇੱਦਾਂ ਤਾਂ ਬਲੌਗਰਾਂ ਦੀ ਇੱਜ਼ਤ ਆ ਬਾਈ ਚੰਗਾ ਜੀ ਸਤਿ ਸ਼੍ਰੀ ਅਕਾਲ ਬੈਟਰੀ ਲੋ ਆ ਅਤੇ ਮਿਲਦੇ ਅਗਲੀ ਵੀਡੀਓ ਦੇ ਵਿੱਚ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਹੁਣ ਇੱਥੋਂ ਤੁਰ ਕੇ ਜਾਣਾ ਮੈਂ ਕਿਲੋਮੀਟਰ